ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਬੱਸੀ ਪਠਾਣਾ ਬਲਾਕ ਹੇਠ ਪੈਂਦੇ ਪਿੰਡ ਆਨੰਦਪੁਰ ਕਲੋੜ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੇ ਹੱਕ ਵਿੱਚ ਬੀਤੇ ਦਿਨ ਪੰਜਾਬੀ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਹਾਂ ਦਾ ਨਾਰਾ ਮਾਰਿਆ। ਉਹਨਾਂ ਸਰਕਾਰ ਨੂੰ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਅਪੀਲ ਕੀਤੀ। ਪਿੰਡ ਗੜਾਂਗਾ ਨੇੜੇ ਪ੍ਰਭਾਵਿਤ ਪਿੰਡ ਦੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਕਿਸਾਨਾਂ ਦੇ ਨਾਲ ਹਨ। ਮੈਂ ਇੱਥੇ ਮਕਸਦ ਆਉਣ ਦਾ ਔਰ ਮੈਂ ਸਾਡੀ ਹਮਦਰਦੀ ਆ, ਆ ਸਾਡੇ ਨਾਲ ਕਿਸਾਨ ਖੜੇ ਨੇ, ਇਹਨਾਂ ਦਾ ਇਕੱਲਿਆਂ ਦਾ ਲਗਭਗ 10 ਏਕੜ ਜ਼ਮੀਨ ਦਾ ਗੰਨਾ ਕਮਾਦ ਦੀ ਫਸਲ ਉਹ ਸਾਰੀ ਖਰਾਬ ਹੋ ਗਈ। ਬਲਦੇਵ ਸਿੰਘ ਜੀ ਜ਼ਰਾ ਆਪਣੀ ਜ਼ਬਾਨ ਨਾਲ ਦੱਸੋ ਮਾੜਾ ਮੋਟੇ ਤੌਰ 'ਤੇ ਸਾਦੇ ਸ਼ਬਦਾਂ 'ਚ। ਕੋਈ ਮੇਰਾ ਪਿੰਡ ਮੈਣ ਮਾਜਰੀ ਜੀ, ਮੈਂ ਇੱਕ ਗਰੀਬ ਜ਼ਿਮੀਂਦਾਰ ਹਾਂ ਜੀ। ਮੇਰਾ 6 ਮਹੀਨੇ ਘੱਟੋ ਘੱਟ ਹੋ ਗਏ, ਮੇਰੇ 7-8 ਕਿੱਲਿਆਂ ਦੇ ਪਾਣੀ ਨਾ ਆਉਂਦੇ ਨੂੰ ਸਾਰਾ ਗੰਨਾ ਮੇਰਾ ਬਰਬਾਦ ਹੋ ਗਿਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਗੰਨੇ ਦੀ ਫਸਲ ਜੇ ਮੈਂ ਘੱਟ ਗਲਤ ਨਾ ਹੋਵਾਂ ਤਾਂ 1.5-1.5 ਲੱਖ ਰੁਪਏ ਏਕੜ ਦੀ ਫਸਲ ਹੈ ਤੇ ਇਹਨਾਂ ਦਾ ਤਾਂ 10-15 ਲੱਖ ਰੁਪਇਆ ਖੂਹ ਖਾਤੇ ਵਿੱਚ ਗਿਆ। ਕੀ ਇਹ ਝੱਲ ਸਕਦੇ ਨੇ ਕਿਸਾਨ? ਇਹਨਾਂ ਦਾ ਇਕੱਲਾ 1 ਕਿੱਲਾ ਵਾ। ਤੁਹਾਡਾ ਨਾਮ ਕੀ ਹੈ? ਪਿੰਡ ਨੰਦਪੁਰ ਜੀ, ਨਾਮ ਮਿਹਰਬਾਨ ਹੈ ਮੇਰਾ ਜੀ। ਉੱਥੇ ਹੋਈ ਆ, ਉਹ ਹੀ ਹੜ ਗਈ ਜੀ। 1 ਕਿੱਲਾ ਸੀ? 1 ਕਿੱਲਾ ਜ਼ਮੀਨ ਦਾ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਇਹਦੀ 1 ਕਿੱਲੇ ਦਾ ਲਾਈਵਲੀਹੁੱਡ ਆ। ਉੱਥੋਂ ਹੀ ਇਹਨੇ ਆਪਣੇ ਬੱਚੇ ਪਾਲਣੇ, ਉੱਥੋਂ ਹੀ ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਣੀ, ਉਹਦਾ 1 ਕਿੱਲਾ ਆ ਗੰਦੇ ਪਾਣੀ ਦੀ ਪੇਟ ਚੜ ਗਿਆ। ਇਸ ਤਰ੍ਹਾਂ ਨਾਲ ਬਹੁਤ ਸਾਰੇ ਹੋਰ ਕਿਸਾਨ ਜਿਨ੍ਹਾਂ ਦੀਆਂ ਥੋੜੀਆਂ ਥੋੜੀਆਂ ਮਲਕੀਤਾਂ ਦੇ ਜਿਹੜੇ ਉਹਨਾਂ ਦੀ ਆਪਣੀ ਫਸਲਾਂ ਨੇ ਉਹ ਸਾਰੀਆਂ ਤਹਿਸ਼ ਨਹਿਸ਼ ਹੋ ਗਈਆਂ।